ਸੁਕੇਸ਼ ਸਾਨੀ ਦੀ ਹਿੰਦੀ ਕਹਾਣੀ ਮੈਂ ਕਿਵੇਂ ਪੜਾਂ ਪੂਰੇ ਘਰ ਚ ਮਾਤਮ ਛਾ ਗਿਆ ਸੀ ਮਾਂ ਦੇ ਕਮਰੇ ਦੇ ਬਾਹਰ ਸਿਰ ਤੇ ਹੱਥ ਰੱਖ ਕੇ ਬੈਠੀ ਉਦਾਸ ਦਾਈ ਮਾਂ ਤੇ ਰੋ ਰੋ ਕੇ ਥੱਕ ਚੁੱਕੀ ਮਾਂ ਦੇ ਕੋਲ ਚੁੱਪਚਾਪ ਬੈਠੀਆਂ ਪਿੰਡ ਦੀਆਂ ਔਰਤਾਂ ਚਿੱਟੇ ਕੱਪੜੇ ਚ ਲਪੇਟੇ ਮੁੰਡੇ ਦੀ ਦੇਹ ਨੂੰ ਹੱਥ ਚ ਚੁੱਕੀ ਪਿਤਾ ਜੀ ਨੂੰ ਉਹਨੇ ਪਹਿਲੀ ਵਾਰ ਰੋਂਦੇ ਦੇਖਿਆ ਸੀ ਸੁਚੀ ਟੀਚਰ ਦੀ ਸਖਤ ਆਵਾਜ਼ ਨਾਲ ਦਿਮਾਗ ਚ ਘੁੰਮ ਰਹੀ ਘਟਨਾਵਾਂ ਦੀ ਰੀਲ ਕੱਟੀ ਗਈ ਤੇ ਉਹ ਹੜਬੜਾ ਕੇ ਖੜੀ ਹੋ ਗਈ ਤੇਰਾ ਧਿਆਨ ਕਿੱਧਰ ਹੈ ਮੈਂ ਕੀ ਪੜ੍ਹਾ ਰਹੀ ਸੀ ਦੱਸ ਉਹ ਕਬਰਾ ਗਈ ਸਾਰੀ ਕਲਾਸ ਚ ਸਾਰੇ ਉਹਨੂੰ ਦੇਖ ਰਹੇ ਸਨ ਦੱਸ ਟੀਚਰ ਉਹਦੇ ਬਿਲਕੁਲ ਕੋਲ ਆ ਗਈ ਭਗਵਾਨ ਨੇ ਬੱਚਾ ਵਾਪਸ ਲੈ ਲਿਆ ਡਰ ਦੇ ਮਾਰੇ ਮੂੰਹ ਬੱਸ ਇੰਨਾ ਹੀ ਨਿਕਲ ਸਕਿਆ ਕੁਝ ਬੱਚੇ ਖੀ ਖੀ ਕਰਕੇ ਹੱਸਣ ਲੱਗੇ ਟੀਚਰ ਦਾ ਗੁੱਸਾ ਜਿਵੇਂ ਸਤਵੀਂ ਅਸਮਾਨ ਨੂੰ ਛੂੰਣ ਲੱਗਿਆ ਸਟੈਂਡ ਅਪ ਔਨ ਦ ਬੈਂਚ ਉੱਚਪ-ਚਾਪ ਬੈਂਚ ਤੇ ਖੜੀ ਹੋ ਗਈ ਉਹਨੇ ਸੋਚਿਆ ਸਾਰੇ ਹੱਸ ਕਿਉਂ ਰਹੇ ਹਨ ਮਾਂ ਪਿਤਾ ਜੀ ਸਾਰੇ ਤਾਂ ਰੋਏ ਸਨ ਇੱਥੋਂ ਤੱਕ ਕਿ ਦੁੱਧ ਵਾਲਾ ਤੇ ਰਿਕਸ਼ੇ ਵਾਲਾ ਵੀ ਬੱਚੇ ਦੇ ਬਾਰੇ ਸੁਣ ਕੇ ਉਦਾਸ ਹੋ ਗਏ ਸਨ ਤੇ ਉਹਦੇ ਨਾਲ ਕੁਝ ਜ਼ਿਆਦਾ ਹੀ ਪਿਆਰ ਨਾਲ ਪੇਸ਼ ਆਏ ਸਨ ਉਹਨੇ ਬਲੈਕ ਬੋਰਡ ਤੇ ਟਿੱਕ ਟਿੱਕੇ ਹੀ ਲਗਾ ਰੱਖੇ ਸੀ ਜਿੱਥੇ ਉਹਨੂੰ ਮਾਂ ਦੇ ਨਾਲ ਪਿਆ ਪਿਆਰਾ ਜਿਹਾ ਬੱਚਾ ਦਿਖਾਈ ਦੇ ਰਿਹਾ ਸੀ ਹੱਸਦੇ ਹੋਏ ਪਿਤਾ ਜੀ ਨੇ ਮੁੰਡੇ ਨੂੰ ਉਹਦੀਆਂ ਨੰਨੀਆਂ ਬਾਹਾਂ 'ਚ ਦੇ ਦਿੱਤਾ ਸੀ ਕਿੰਨੀ ਖੁਸ਼ੀ ਹੋ 2+5 ਕਿੰਨੇ ਹੋਏ ਟੀਚਰ ਬੱਚਿਆਂ ਨੂੰ ਪੁੱਛ ਰਹੀ ਸੀ ਸੁੱਚੀ ਦੇ ਜੀਚ ਆਇਆ ਕਿ ਟੀਚਰ ਭੈਣ ਜੀ ਤੋਂ ਪੁੱਛੇ ਕਿ ਜੇ ਭਗਵਾਨ ਨੇ ਮੁੰਡੇ ਨੂੰ ਵਾਪਸ ਹੀ ਲੈਣਾ ਸੀ ਤੇ ਫਿਰ ਦਿੱਤਾ ਹੀ ਕਿਉਂ ਸੀ ਉਹਦੀਆਂ ਅੱਖਾਂ ਭਾਰ ਆਈਆਂ ਚਿੱਟੇ ਕੱਪੜੇ 'ਚ ਲਿਪਟੇ ਮੁੰਡੇ ਦੀ ਦੇ ਉਹਦੀਆਂ ਅੱਖਾਂ ਮੂਰੇ ਘੁੰਮ ਰਹੀ ਸੀ ਐਸ ਵਾਰ ਟੀਚਰ ਉਹਨੂੰ ਹੀ ਪੁੱਛ ਰਹੀ ਸੀ ਉਨੇ ਧਿਆਨ ਨਾਲ ਬਲੈਕਬੋਰਡ ਵੱਲ ਦੇਖਿਆ। ਉਹਨੂੰ ਲੱਗਿਆ ਬਲੈਕਬੋਰਡ ਵੀ ਮੁੰਡੇ ਦੀ ਦੇਹ ਤੇ ਲਪੇਟੇ ਕੱਪੜੇ ਵਾਂਗੂ ਚਿੱਟੇ ਰੰਗ ਦਾ ਹੋ ਗਿਆ ਹੈ। ਉਹਨੂੰ ਟੀਚਰ ਭੈਣਜੀ ਤੇ ਗੁੱਸਾ ਆਇਆ। ਚਿੱਟੇ ਬੋਰਡ ਤੇ ਚਿੱਟੇ ਚੌਕ ਨਾਲ ਲਿਖੇ ਨੂੰ ਭਲਾ ਉਹ ਕਿਵੇਂ ਪੜੇ? ਧੰਨਵਾਦ।